ਬੰਦੇ ਫੋਲਦੇ ਆ ਸਾਰੇ ਮੁੜ ਕੇ ਮੈਂ ਅੰਦਰੋਂ ਆਇਆ ਮੈਂ ਪੁੱਛਿਆ ਕੀ ਗੱਲ ਹੋਈ ਮੈਨੂੰ ਕੁੱਟਣ ਲੱਗ ਗਏ ਦਾਤਰ ਮਾਰਨ ਲੱਗ ਗਏ ਪੁੱਠੇ ਸਿੱਧੇ ਇੱਕੋ ਰਿਵਾਲਵਰ ਨਹੀਂ ਉਹ ਗੋਲੀ ਮਾਰਨ ਲੱਗਾ ਮੇਰੇ ਉਹਦੇ ਪੱਟ 'ਚ ਗੋਲੀ ਮਾਰੀ ਆ ਹੁਣ ਹਸਪਤਾਲ ਦਾਖਲ ਆ ਅਤੇ ਗੋਲੀ ਕੱਢ ਕੇ ਬਾਬੇ ਬਕਾਲੇ ਸਿਵਲ ਹਸਪਤਾਲ ਇਹ ਤਸਵੀਰਾਂ ਨੇ ਇੱਕ ਅਜਿਹੇ ਸੀ ਸੀ ਟੀ ਵੀ ਕੈਮਰੇ ਦੀਆਂ ਜਿਸ ਦਾ ਸੰਬੰਧ ਇੱਕ ਅਜਿਹੀ ਦਿਲ ਦਹਿਲਾਊ ਘਟਨਾ ਨਾਲ ਜੁੜਦਾ ਹੈ ਜਿਸ ਬਾਰੇ ਜਾਣ ਕੇ ਚੰਗੇ ਚੰਗਿਆਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਪਹਿਲੀ ਨਜ਼ਰੇ ਤਾਂ ਤੁਹਾਨੂੰ ਇਹ ਤਸਵੀਰਾਂ ਕਿਸੇ ਸਧਾਰਨ ਟ੍ਰੈਫਿਕ ਦੀਆਂ ਲੱਗਣਗੀਆਂ ਜਿਸ ਵਿੱਚ ਤੁਹਾਨੂੰ ਦਿਖਾਈ ਦੇ ਰਹੇ ਨੇ ਦੋ ਮੋਟਰਸਾਈਕਲ ਅਤੇ ਚਾਰ ਹੱਟੇ ਕੱਟੇ ਨੌਜਵਾਨ ਅੱਗੇ ਕੁਝ ਸਮਝ ਆਏ ਇਸ ਤੋਂ ਪਹਿਲਾਂ ਤੁਸੀਂ ਇਹਨਾਂ ਦੀਆਂ ਹਰਕਤਾਂ ਨੂੰ ਧਿਆਨ ਨਾਲ ਦੇਖੋ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਲੋਕ ਇੰਜ ਖਲੋਤੇ ਨੇ ਜਿਵੇਂ ਇੱਕ ਦੂਜੇ ਨੂੰ ਬਿਲਕੁਲ ਵੀ ਜਾਣਦੇ ਨਾ ਹੋਣ ਵੀਡੀਓ ਥੋੜ੍ਹੀ ਅੱਗੇ ਚੱਲਦੀ ਹੈ ਤਾਂ ਇਹਨਾਂ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਆਪਣੀ ਬਾਈਕ ਨੂੰ ਤੋੜਦਾ ਹੈ ਤਾਂ ਦੂਜਾ ਬਾਈਕ ਸਵਾਰ ਤੁਰੰਤ ਉਸਦੇ ਪਿੱਛੇ ਹੋ ਲੈਂਦਾ ਕੁਝ ਸਮਝ ਆਇਆ ਜੇ ਨਹੀਂ ਤਾਂ ਹੁਣ ਜ਼ਰਾ ਆ ਅਗਲੀਆਂ ਸੀ ਸੀ ਟੀ ਵੀ ਤਸਵੀਰਾਂ ਦੇਖੋ ਜਿਸ ਵਿੱਚ ਚਾਰ ਨੌਜਵਾਨ ਇੱਕ ਦੁਕਾਨ ਅੰਦਰ ਖੜ੍ਹੇ ਦੁਕਾਨ ਦੇ ਗੱਲੇ ਵਿੱਚੋਂ ਪੈਸੇ ਕੱਢ ਰਹੇ ਨੇ ਇਸ ਦੌਰਾਨ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜਿਉਂ ਹੀ ਦੁਕਾਨਦਾਰ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹਨਾਂ ਵਿੱਚੋਂ ਇੱਕ ਉਸ ਉੱਤੇ ਦਾਤ ਨਾਲ ਹਮਲਾ ਕਰ ਦਿੰਦਾ ਜੀ ਹਾਂ ਜਨਾਬ ਤੁਸੀਂ ਸਹੀ ਸੋਚ ਰਹੇ ਹੋ ਇਹ ਉਹੀ ਚਾਰ ਮੋਟਰਸਾਈਕਲ ਸਵਾਰ ਨੇ ਜਿਹੜੇ ਪਿਛਲੀਆਂ ਤਸਵੀਰਾਂ 'ਚ ਤੁਹਾਨੂੰ ਬਿਲਕੁਲ ਅਣਜਾਣ ਨਜ਼ਰ ਆ ਰਹੇ ਸਨ ਪਰ ਦਰਅਸਲ ਇਹ ਲੁਟੇਰੇ ਨੇ ਅਤੇ ਪੂਰੇ ਪਲੈਨ ਦੇ ਨਾਲ ਇਹ ਵੱਖ ਵੱਖ ਹੋ ਕੇ ਇਸ ਦੁਕਾਨ 'ਤੇ ਵਾਰਦਾਤ ਕਰਨ ਆਏ ਨੇ ਇਸ ਦੌਰਾਨ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਦਾਤ ਨਾਲ ਹੋਏ ਹਮਲੇ ਦੌਰਾਨ ਦੁਕਾਨਦਾਰ ਤਾਂ ਮੌਕੇ ਤੋਂ ਜਾਨ ਬਚਾ ਕੇ ਭੱਜ ਜਾਂਦਾ ਹੈ ਪਰ ਲੁਟੇਰਿਆਂ ਨਾਲ ਉਲਝ ਪੈਂਦੀ ਹੈ ਉਸ ਦੁਕਾਨਦਾਰ ਦੀ ਪਤਨੀ ਜਿਸ ਨੂੰ ਜਦੋਂ ਲੁਟੇਰੇ ਆਪਣੇ ਉੱਤੇ ਹਾਵੀ ਹੁੰਦਾ ਦੇਖਦੇ ਨੇ ਤਾਂ ਇਹਨਾਂ ਵਿੱਚੋਂ ਇੱਕ ਉਸ ਨੂੰ ਗੋਲੀ ਮਾਰ ਦਿੰਦਾ ਫਿਰ ਅੱਗੇ ਕੀ ਹੋਇਆ ਦੁਕਾਨ ਮਾਲਕਣ ਦੇ ਗੋਲੀ ਕਿੱਥੇ ਵੱਜੀ ਅਤੇ ਲੁਟੇਰਿਆਂ ਦਾ ਕੀ ਬਣਿਆ ਇਹ ਦੱਸਦੇ ਹਾਂ ਅੱਗੇ ਪਹਿਲਾਂ ਤੁਸੀਂ ਵੀ ਦੇਖੋ ਮੌਕੇ ਦੀਆਂ ਇਹ ਸੀ ਸੀ ਟੀ ਵੀ ਤਸਵੀਰਾਂ ਜਿਸ ਨੂੰ ਦੇਖ ਕੇ ਇੰਝ ਜਾਪਦਾ ਹੈ ਜਿਵੇਂ ਇਹਨਾਂ ਨੂੰ ਕਾਨੂੰਨ ਦਾ ਕੋਈ ਡਰ ਹੀ ਨਾ ਹੋਵੇ ਦੱਸ ਦਈਏ ਕਿ ਇਹ ਵਾਰਦਾਤ ਬਿਆਸ ਸ਼ਹਿਰ 'ਚ ਮੌਜੂਦ ਇੱਕ ਦੁੱਧ ਦੀ ਡੈਰੀ 'ਤੇ ਵਾਪਰੀ ਹੈ ਜਿਸ ਬਾਰੇ ਡੈਰੀ ਮਾਲਕ ਦੇ ਦੱਸਣ ਅਨੁਸਾਰ ਲੁਟੇਰੇ ਉਸ ਦੀ ਪਤਨੀ ਦੇ ਪੱਟ 'ਚ ਗੋਲੀ ਮਾਰ ਕੇ ਗੱਲੇ 'ਚੋਂ ਕਰੀਬ 45,000 ਰੁਪਏ ਲੁੱਟ ਕੇ ਫਰਾਰ ਹੋ ਗਏ ਨੇ ਕਪਿੰਦਰਪਾਲ ਜੀ ਸਰ ਕੀ ਮਾਮਲਾ ਹੋਇਆ ਜਿਹੜਾ ਡੇਰੀ ਦੇ ਉੱਤੇ ਮਾਮਲਾ ਜੀ ਮਿਸਜ ਮੇਰੀ ਦੁਕਾਨ 'ਤੇ ਬੈਠੀ ਸੀ ਅਤੇ ਮੈਂ ਘਰ ਨੂੰ ਆਇਆ ਹਾਂ ਕੀ ਨਾਮ ਉਹਨਾਂ ਦਾ ਰੀਨਾ ਰਾਣੀ ਜੀ ਅਤੇ ਉਹ ਮੁੰਡੇ ਚਾਰ ਆਏ ਮੋਟਰਸਾਈਕਲਾਂ 'ਤੇ ਹੀਰੋਆਂ ਲੈਂਦੇ ਅਤੇ ਉਹ ਆਣ ਕੇ ਗੱਲੇ ਫੋਲਣ ਲੱਗ ਗਏ ਆ ਗੱਲੇ ਫੋਲਦਿਆਂ ਸਾਰੇ ਹੀ ਮੁੜ ਕੇ ਮੈਂ ਅੰਦਰੋਂ ਆਇਆ ਮੈਂ ਪੁੱਛਿਆ ਕੀ ਗੱਲ ਹੋਈ ਮੈਨੂੰ ਕੁੱਟਣ ਲੱਗ ਗਏ ਦਾਤਰ ਮਾਰਨ ਲੱਗ ਗਏ ਪੁੱਠੇ ਸਿੱਧੇ ਇੱਕੋ ਰਿਵਾਲਵਰ ਨਹੀਂ ਉਹ ਗੋਲੀ ਮਾਰਨ ਲੱਗਾ ਮੇਰੇ ਗੋਲੀ ਨਹੀਂ ਵੱਜੀ ਉਹ ਮੁੜ ਕੇ ਮੈਂ ਘਰ ਨੂੰ ਭੱਜ ਆਇਆ ਅਤੇ ਮੇਰੇ ਘਰ ਦੀ ਨੂੰ ਗੋਲੀ ਮਾਰ ਕੇ ਅਤੇ ਪੈਸੇ 40-45,000 ਰੁਪਇਆ ਕੱਢ ਕੇ ਲੈ ਗਏ ਉਹਦੇ ਪੱਟ 'ਚ ਗੋਲੀ ਮਾਰੀ ਆ ਹੁਣ ਹਸਪਤਾਲ ਦਾਖਲ ਆ ਅਤੇ ਗੋਲੀ ਕੱਢ ਬਾਬੇ ਬਕਾਲੇ ਸਿਵਲ ਹਸਪਤਾਲ ਪੁਲਿਸ ਨੂੰ ਉਸੇ ਵੇਲੇ ਮੈਂ ਫੋਨ ਕਰਤਾ ਸੀ ਜੀ ਆ ਗਏ ਸੀ ਹਾਲਤ ਠੀਕ ਆ ਹੁਣ ਹਾਂਜੀ ਹਾਂਜੀ ਉੱਧਰ ਘਟਨਾ ਵਾਲੀ ਥਾਂ ਤੇ ਪਹੁੰਚੇ ਪੁਲਿਸ ਦੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀ ਸੀ ਟੀ ਵੀ ਫੁਟੇਜ ਖੰਗਾਲੀ ਜਾ ਰਹੀ ਹੈ ਜਿਸ ਦੇ ਆਧਾਰ ਤੇ ਲੁਟੇਰਿਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਸਾਢੇ ਕਿ 12 ਵਜੇ ਤਕਰੀਬਨ ਚਾਂਦ ਡੇਰੀ 'ਤੇ ਕੋਈ ਚਾਰ ਨੌਜਵਾਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਆ ਅਤੇ ਉਹਨਾਂ ਦੇ ਕੋਲ ਇੱਕ ਕੋਲ ਦਾਤਰ ਸੀ ਅਤੇ ਇੱਕ ਕੋਲ ਪਿਸਟਲ ਸੀ ਉਹਨਾਂ ਨੇ ਦਾਤਰ ਅਤੇ ਪਿਸਟਲ ਦੀ ਨੋਕ 'ਤੇ ਕੋਈ 25-30,000 ਰੁਪਈਆ ਇਹਨਾਂ ਦੇ ਗੱਲੇ ਵਿੱਚੋਂ ਕੱਢ ਲਿਆ ਅਤੇ ਜਦੋਂ ਬੀਨਾ ਨਾਂ ਦੀ ਔਰਤ ਨੇ ਜੋ ਕਿਸੇ ਡੇਰੀ 'ਤੇ ਕੰਮ ਆਪਣੇ ਮਾਲਕ ਹੈ ਉਹਨੇ ਵਿਰੋਧ ਕੀਤਾ ਅਤੇ ਜਿਹੜਾ ਇੱਕ ਲੁਟੇਰਾ ਉਹਨੇ ਉਹਦੇ ਪੱਟ 'ਚ ਗੋਲੀ ਮਾਰਤੀ ਜਿਹਦੀ ਕਿ ਹਾਲਤ ਬਿਲਕੁਲ ਸਹੀ ਹੈ ਉਹਨੂੰ ਉਸਨੂੰ ਬਾਬਾ ਬਕਲਾ ਹਸਪਤਾਲ ਵਿੱਚ ਪਹੁੰਚਾਇਆ ਗਿਆ ਬਾਕੀ ਅਸੀਂ ਸੀ ਸੀ ਟੀ ਕੈਮਰਿਆਂ ਜਿਹੜੀਆਂ ਉਹਦੀ ਫੁਟਸ ਦੇਖ ਰਹੇ ਹਾਂ ਅਤੇ ਬਾਕੀ ਪਰਚਾ ਦਰਜ ਕਰਕੇ
जो भी बनती कानूनी कार्रवाई की जाएगी तो जो दोषी आ छेती तो छेती फड़ ले जाएंगे। फस्ट जाँच तो बस अजे साड़ी इन्वेस्टिगेशन चल रही है, सीसीटीवी कैमरे असी खंगाले आ ते इत्थों सानू कोई अपना खाली खोल ते रौंद भी मिले, उन्हां दे संबंध विच भी साड़ी जिहड़ी इन्वेस्टिगेशन चल रही है। जिन्ना चिर सूबे च लॉकडाउन लग्या रहा उन्ना चिर चोर लुटेरे आपो अपने टिकाणियां ते शांत होके बैठे रहे, पर जिवें ही लॉकडाउन खुल्या तां पहलां दी तरह चोरी ते लुट्टां दीआं घटनावां भी फिर तो शुरू हो गईआं, जिवें चोर ते लुटेरे बेसब्री नाल लॉकडाउन खुलण दा ही इंतजार कर रहे होण। फिलहाल हुण इस मामले च देखणा इह होवेगा कि पुलिस किन्नी जल्दी इन्हां लुटेरियां नूं लभ के गिरफ्तार करदी है तां जो शहर च वध रहीआं लुट्टां दीआं वारदातां नूं ठल पाई जा सके। हकीकत टीवी पंजाबी लई अमृतसर तों हरजीत गरेवाल दी रिपोर्ट।